मानसा में किसानों द्वारा लगातार रेलवे ट्रैक के ऊपर धरना दिया जा रहा है किसानों ने बताया कि यह धरना लगातार ऐसे ही चलता रहेगा जब तक मोदी सरकार काले कानून वापस नहीं लेती उस टाइम तक हम मोर्चे पर डटे रहेंगे किसानों ने बताया कि मालगाड़ियों को छोड़कर और कोई भी गाड़ी हम चलने नहीं देंगे जो मालगाड़ियों को चलाने का कारण है वह कोयले व यूरिया और बार दाने की किल्लत को देखते हुए किसान जथेबंदियों द्वारा ये फैसला लिया गया की चार तारीख तक किसानों द्वारा प्लेटफॉर्म के ऊपर बैठकर धरना दिया जाएगा किसानों ने बताया कि जो बड़े कॉर्पोरेट घरानों की माल इजी डे और आधार जैसी कोई भी ऑनलाइन का काम चलता है हम उसको चलने नहीं देंगे उनके आगे बैठ धरना प्रदर्शन करेंगे और किसानों ने बताया कि यह तो तेईस दिन है हम तो तेईस साल क्या पूरी जिंदगी धरना देते रहेंगे अगर मोदी सरकार ने काला कानून वापस नहीं लिया जरा किसानी संघर्ष है और तेज हो रहा है क्योंकि 1 ਤਰੀਕ ਤੋਂ ਲੈ ਕੇ 23 ਤੱਕ ਅੱਜ ਅਸੀਂ ਰਾਤ ਨੂੰ ਮਾਨਸਾ ਰੇਲਵੇ ਸਟੇਸ਼ਨ ਦੇ ਉੱਪਰ ਬੈਠੇ ਆ ਕਿਉਂਕਿ ਜਿਹੜਾ ਸੰਘਰਸ਼ ਹੈ ਇਹ ਦਿਨ ਰਾਤ ਦਾ ਹੈ ਅਣਮਿੱਥੇ ਸਮੇਂ ਦਾ ਤੇ ਮੈਨੂੰ ਮਾਲੋ ਮੀਟਿੰਗਾਂ ਜਿਹੜੀਆਂ ਉਹ ਲਗਾਤਾਰ ਚੱਲ ਰਹੀ ਹੈ ਚਾਹੇ ਕੇਂਦਰ ਸਰਕਾਰ ਸਾਧਦੀ ਹੈ ਚਾਹੇ ਪੰਜਾਬ ਸਰਕਾਰ ਸਾਧਦੀ ਹੈ ਚਾਹੇ 29 ਕਿਸਾਨ ਜਥੇਬੰਦੀਆਂ ਦੀਆਂ ਸਾਂਝੀਆਂ ਮੀਟਿੰਗਾਂ ਹੁਣ ਇਹ 4 ਤਰੀਕ ਤੱਕ ਇਸੇ ਤਰ੍ਹਾਂ ਜਿਹੜਾ ਅਸੀਂ ਸਾਈਡ ਤੇ ਹੋਗੇ ਕਿਉਂਕਿ ਕੋਲਾ ਜੁਰਗਿਆ ਖਾਦ DAP ਜਾਂ ਕੋਈ ਬਾਰਦਾਨਾ ਵਗੈਰਾ ਹੋਰ ਹੈ ਉਹ ਜ਼ਰੂਰੀ ਵੀ ਸਾਨੂੰ ਲੋੜੀਦਾ ਕਿਉਂਕਿ ਉਹ ਬਾਹਰੋਂ ਆਉਣਾਗਾ ਇਸ ਕਰਕੇ ਅਸੀਂ ਜਿਹੜੀ ਮਾਲ ਢੋਾਈ ਵਾਲੀਆਂ ਗੱਡੀਆਂ ਹਨ ਉਹਨਾਂ ਨੂੰ ਛੋਟ ਦਿੱਤੀ ਹੈ ਦੂਸਰਾ ਜਿਹੜਾ ਮੰਨ ਲਓ ਕਿਸੇ ਕਾਰੋਬਾਰ ਕਾਰਪੋਰੇਟ ਘਰਾਣਿਆਂ ਦੇ ਗੱਡੀਆਂ ਨੇ ਉਹਨਾਂ ਨੂੰ ਨਹੀਂ ਲੰਘਣ ਦੇਵਾਂਗੇ ਦੂਸਰਾ ਜਿਹੜੇ ਮੁਸਾਫਰ ਗੱਡੀਆਂ ਨੇ ਉਹ ਵੀ ਅਜੇ 4 ਤਰੀਕ ਤੱਕ ਬੰਦ ਰਹਿਣਗੀਆਂ ਆਰ ਲੈਂਸ ਸਾਡੇ ਜਿਹੜੇ ਪੰਪ ਆ ਉਹ ਵੀ ਬੰਦ ਨੇ ਜਿਹੜੇ ਸ਼ਹਿਰਾਂ ਦੇ ਵਿੱਚ ਮਾਲ ਆ ਵੱਡੇ ਖੁੱਲੇ ਆ ਆਨਲਾਈਨ ਨੇ ਜਿਹੜੇ ਜਿਹੜੇ ਤਾਂ ਸਾਡੇ ਇੱਥੇ ਲਾ ਲਏ ਲੋਕ ਨੇ ਸ਼ਹਿਰੀ ਲੋਕ ਆ ਉਹ ਕਰਦੇ ਨੇ ਉਹਨਾਂ ਦੇ ਤਾਂ ਕੋਈ ਪਾਬੰਦੀ ਨਹੀਂ ਪਰ ਜਿਹੜੇ ਆਨਲਾਈਨ ਨੇਗੇ ਉਹ ਬੰਬੇ ਬੈਠਾ ਕੋਈ ਕਲਕੱਤੇ ਬੈਠਾ ਕੋਈ ਕਿਤੇ ਬੈਠਾ ਤੇ ਇੱਥੇ ਮਾਲ ਖੋਲਦੇ ਤੇ ਘੱਟੋ ਘੱਟ 50 50 ਦੁਕਾਨਦਾਰਾਂ ਦਾ ਰੋਜ਼ਗਾਰ ਆ ਜਿਹੜਾ ਖੋਲਿਆ ਉਹਦੇ ਖਿਲਾਫ ਵੀ ਅਸੀਂ ਜਿਹੜੀ ਇਹ جنگ ਹੈ ਲੜਾਈ ਹੈ ਇਹ ਜਾਰੀ ਹੈ ਕਿਉਂਕਿ ਉੱਥੇ ਚਾਹੇ ਸਾਡੇ ਪਿੰਡਾਂ ਦੇ ਮੁੰਡੇ ਲੱਗੇ ਹੋਏ ਨੇਗੇ ਮੌਲਾਂ ਦੇ ਵਿੱਚ ਪਰ ਉਹਨਾਂ ਦਾ ਵੀ ਧਿਆਨ ਰੱਖਦੇ ਹੋਏ ਅਸੀਂ ਉਹਨਾਂ ਨੂੰ ਸਮਝਾਇਆ ਕਿ ਜਿਹੜੇ ਆਨਲਾਈਨ ਕਿਤੇ ਵੀ ਕੋਈ ਵੱਡਾ ਕਾਰੋਬਾਰ ਹੈ ਉਹਦੇ ਖਿਲਾਫ ਵੀ ਸਾਡੀ ਜਿਹੜੀ ਲੜਾਈ ਹੈ ਜਾਰੀ ਰਹੂਗੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਾਰੀ ਰਹੂਗੀ ਜਿੰਨਾ ਚਿਰ ਇਹ ਕੇਂਦਰ ਸਰਕਾਰ ਜਿਹੜੇ ਕਿਸਾਨਾਂ ਦੇ ਖਿਲਾਫ ਹੈ ਤਿੰਨੇ ਆਰਡੀਨੈਂਸ ਵਾਪਸ ਨਹੀਂ ਲੈਂਦੀ